ਔਰ ਤਾਂ ਟਰੈਕਟਰ ਚਲਾ ਕੇ ਜਾ ਰਹੀਆਂ ਹੋਣਗੀਆਂ ਉਹਨਾਂ ਦੀ ਪ੍ਰੈਕਟਿਸ ਕੀਤੀ ਜਾ ਰਹੀ ਹੈ ਫੌਜੀ ਜਿਹੜੇ ਰਿਟਾਇਰਡ ਫੌਜੀ ਨੇ ਜਰਨਲ ਨੇ ਕਰਨਲ ਨੇ ਉਹ ਆਪਣੀਆਂ ਵਰਦੀਆਂ ਦੇ ਵਿੱਚ ਉੱਥੇ ਜਾਣਗੇ ਤੇ ਉੱਥੇ ਵੀ ਹਾਂ ਆ ਕਿਸਾਨਾਂ ਦੀ ਵੀ ਫੌਜ ਖੜੀ ਹੈ ਸੱਚੀ ਮੁੱਚੀ ਦੇ ਫੌਜੀ ਨੇ ਉਹ ਰਿਟਾਇਰ ਹੋਏ ਨੇ ਨਾ ਖਾਂਤ ਮੈਤਰੀਕੇ ਨਾਲ ਇੱਕ ਪੈਰਲ ਉੱਥੇ ਸਿਸਟਮ ਅਸੀਂ ਮੁੜ ਕੇ ਦਿਖਾਇਆ ਹੈ ਜੀ ਵੀ ਅਸੀਂ ਆਪਣੀ ਰੋਟੀ ਚਲਾ ਸਕਦੇ ਹਾਂ ਅਸੀਂ ਆਪ ਦਾ ਇਲਾਜ ਕਰ ਸਕਦੇ ਹਾਂ ਅਸੀਂ ਆਪਣੀ ਸਫਾਈ ਕਰ ਸਕਦੇ ਹਾਂ ਅਸੀਂ ਉੱਥੇ ਰਹਿਣ ਦਾ ਪ੍ਰਬੰਧ ਕਰ ਸਕਦੇ ਹਾਂ ਥੋਡੀਆਂ ਕੁੱਝੀਆਂ ਚਾਲਾਂ ਦੇ ਬਾਵਜੂਦ ਤੁਹਾਡੇ ਬੰਦੇ ਰੋਜ਼ ਫੜੇ ਜਾ ਰਹੇ ਨੇ ਜੀ 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 ਸਾਡੇ ਤੋਂ ਇੱਕ ਤੋਂ ਕਿਸੇ ਸੱਪੜ ਮਾਰਨ ਪਾਰੋ ਸਾਫ਼ ਦਿਨ ਨਾ ਹੋ ਜਾਣ ਕਾ ਯਾਰ ਇੱਥੇ ਬੈਠੇ ਕੀ ਕਰਦੇ ਹੋ ਜਿੱਲੀ ਤੇ ਜਾ ਤੱਕੇ ਰੋਡ ਨਾਲ ਕੇ ਨੂੰ ਖੜਕਾ ਦੋ ਇਟ ਨਾਲ ਇਟ ਉਹ ਉਹ ਨਾ ਜਾਣ ਕੋਈ ਦਰਮਹ ਹੁੰਦਾ ਕਈ ਵੇ ਮਨ ਜਾਂਦਾ ਇਹ ਊਠ ਕਰਨਾ ਚਾਹੁੰਦੇ ਨੇ ਇਹ ਬੀਡੀਸ਼ ਬੜੀ ਸਿਆਣੀ ਹੈ ਇਹ ਦੱਸ ਰਹੀ ਵੀ ਐ ਨਾ ਕਰ ਦਿਓ ਜੇ ਆਪਾਂ ਤਵੇ ਤੇ ਰੋਟੀ ਪਾਈ ਹੋਵੇ ਨਾ ਕਿ ਬਿਨਾ ਸੇਕ ਪਰਪਰ ਲੱਗੇ ਆਪਾਂ ਥੱਲ ਦੀਏ ਤੇ ਉਹ ਰੋਟੀ ਪੱਥਰ ਵਾਂਗ ਹੋ ਜਾਈਂ ਨੇ ਸਰਕਾਰ ਜੀਆਂ ਮਤਲਬ ਸਪੋਰਟਰ ਬੰਦੇ ਨੇ ਉਹ ਪਹਿਲਾਂ ਇਹ ਤਾਂ ਵਿੱਕ ਕੇ ਆ ਜਾਣਗੇ ਜੀ ਇਹ ਤਾਂ ਡਰ ਕੇ ਆ ਜਾਣਗੇ ਅੱਜ ਉਹ ਕੀ ਕਹਿ ਰਹੇ ਨੇ ਇਹ ਤਾਂ ਜੀ بڑے ਆਕੜੇ ਖੜੇ ਨੇ ਇਹਨਾਂ ਨੇ ਤਾਂ ਡਾਇਨ ਖਿੱਚ ਦਿੱਤੀ ਜੀ ਐ ਡਾਇ ਦੇ ਤੋਂ ਵੀ ਨਾ ਦਾ ਰੋੜਾ ਜਿਹੜਾ ਹੈ ਉਹ ਇਹ ਹੈ ਕਿ ਤੁਸੀਂ ਖੇਤੀ ਜਿਹੜੀ ਸੂਬਿਆਂ ਦਾ ਖੇਤ ਸੀ ਉਹਦੇ ਉੱਤੇ ਨਵਿਆਜ ਕਬ ਦਾ ਕਰ ਲਿਆ ਹੁਣ ਤੁਸੀਂ ਕਹਿੰਦੇ ਨਾ ਰਾਇ ਦੋ ਕਰ ਲੋ ਲੈ ਵੀ ਕੰਮੀ ਕਰਨੀ ਆ ਦਲਤੇ ਇਹ ਕਹਿੰਦੇ ਨੇ ਵੀ ਸਾਡੇ ਬਥੇਰੇ ਝਗੜੇ ਨਹੀਂ ਪਰ ਆਹ ਕਿਸਾਨੀ ਬਿਲਾਂਦੇ ਉੱਤੇ ਅਸੀਂ ਇਕੱਠੀਆਂ ਇਹ ਬਹੁਤ ਵੱਡੀ ਗੱਲ ਹੈ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਿ ਜੋ ਤਰ ਤੋ ਸੇ ਵੇਖ ਰਿਹਾ ਨਿਰਪੱਖ ਪੋਸਟ ਗੱਲ ਐਸੀ ਕਰ ਰਿਆਂ ਜੀ ਕਿਸਾਨੀ ਅੰਦੋਲਨ ਦੀ ਜਿੱਥੇ ਪਹਿਲਾਂ ਵਾਰ-ਵਾਰ ਹਰ ਕੋਈ ਕਹਿੰਦਾ ਸੀ ਕਿ ਜਿੰਨੇ ਵੀ ਧਰਨੇ ਵਿੱਚ ਪਹੁੰਚੇ ਹੋਏ ਨੇ ਉਹ ਅਤਵਾਦੀ ਨੇ ਤਾਂ ਉਹਨਾਂ ਨੇ ਵੀ ਉਹਨਾਂ ਦਾ ਰੂਪ ਵੇਖ ਲਿਆ ਕਿ ਕਿਸ ਤਰੀਕੇ ਨਾਲ ਬੜੇ ਹੀ ਸ਼ਾਂਤ ਬੈਠਾਂ ਦੇ ਨਾਲ ਜੋ ਕਿਸਾਨ ਨੇ ਆਪਣਾ ਸੰਘਰਸ਼ ਅੱਗੇ ਵਧਾ ਰਹੇ ਨੇ ਤੇ ਫਿਰ ਕਿਹਾ ਗਿਆ ਕਿ ਜੀ ਇੱਥੇ ਤਾਂ ਕਿਸਾਨ ਬੈਠ ਕੇ ਪਿਕਨਿਕਾਂ ਕਰ ਰਹੇ ਨੇ ਤੇ ਹੁਣ ਮੌਜੂਦਾ ਸਮੇਂ ਵਿੱਚ ਜਿਸ ਤਰ੍ਹਾਂ ਦਾ ਮੌਸਮ ਹੈ ਮੀਂਹ ਕਣੀ ਬਰਸਾਤ ਦੇ ਵਿੱਚ ਵੀ ਚਾਹੇ ਉੱਥੇ ਜਿੱਕੜਾ ਚਾਹੇ ਉਹਨਾਂ ਦੇ ਬਿਸਤਰੇ ਗਿੱਲੇ ਹੋ ਗਏ ਨੇ ਪਰ ਕਿਸਾਨ ਉੱਥੇ ਡਟੇ ਹੋਏ ਨੇ ਪਰ ਅਖੀਰ ਇਹ ਰਸਤਾ ਕਿੱਧਰ ਨੂੰ ਜਾ ਰਿਹਾ ਹੈ ਇਸ ਦਾ ਨਤੀਜਾ ਕੀ ਨਿਕਲੇਗਾ ਕਿ 8 ਤਰੀਕ ਦੀ ਮੀਟਿੰਗ ਦੇ ਵਿੱਚੋਂ ਕੁਝ ਨਿਕਲੇਗਾ ਕਈ ਸਾਰੇ ਸਵਾਲ ਨੇ ਸਵਾਲ ਦੇ ਉੱਪਰ ਕੁਐਸਚਨ ਮਾਰਕ ਅੜ ਜਾਂਦਾ ਹੈ ਕਿ ਮੀਟਿੰਗਾਂ ਦਾ ਦੌਰ ਤਾਂ ਚੱਲ ਰਿਹਾ ਪਰ ਇਸ ਦਾ ਨਤੀਜਾ ਕਦੋਂ ਤੇ ਕੀ ਨਿਕਲੇਗਾ ਸੁਪਰੀਮ ਕੋਰਟ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਗਰ ਸ਼ਾਂਤਮੀ ਟਾਂਗ ਦਾ ਮੀਟਿੰਗਾਂ ਦੇ ਦੌਰ ਦੇ ਵਿੱਚੋਂ ਕੁਝ ਨਿਕਲ ਸਕਦਾ ਹੈ ਤਾਂ ਠੀਕ ਹੈ ਅਗਲੀ ਸੁਣਵਾਈ ਵੀ ਜੋ ਸੁਪਰੀਮ ਕੋਰਟ ਦੀ ਨਹੀਂ ਹੋਏਗੀ ਤੇ ਇਹ ਹਾਮੀ ਵੀ ਭਰੀ ਗਈ ਹੈ ਕਿ ਹਾਂਜੀ ਮੀਟਿੰਗਾਂ ਦੇ ਵਿੱਚ ਕੁਝ ਪੋਜ਼ਿਟਿਵ ਜ਼ਰੂਰ ਹੋ ਰਿਹਾ ਹੈ ਜਦ ਕਿ ਅਗਰ ਰੀਸੈਂਟ ਮੀਟਿੰਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੁਝ ਖਾਸ ਨਿਕਲ ਕੇ ਨਹੀਂ ਆਇਆ ਸੀ ਤੇ ਹੁਣ ਮੀਟਿੰਗ ਦੇ ਦੌਰ ਦੇ ਵਿੱਚੋਂ ਕੀ ਨਤੀਜਾ ਨਿਕਲ ਸਕਦਾ ਹੈ ਕੀ ਨਿਕਲ ਕੱਢਣਾ ਚਾਹੀਦਾ ਹੈ ਉਸ ਉੱਪਰ ਅਸੀਂ ਚਰਚਾ ਕਰਾਂਗੇ ਤੇ ਸਾਡੇ ਨਾਲ ਮੌਜੂਦ ਹਨ ਜੀ ਡਾਕਟਰ ਪਿਆਰੇ لال ਗਰਗ ਜੀ ਹਮੇਸ਼ਾ ਅਸੀਂ ਉਹਨਾਂ ਕੋਲ ਇੱਕ ਮਾਹਿਰ ਗੱਲਬਾਤ ਕਰਨ ਦੀ ਪਹੁੰਚਦੇ ਹਾਂ ਕਿਉਂਕਿ ਬਹੁਤ ਸੂਝ-ਬੂਝ ਰੱਖਦੇ ਹਨ ਕਈ ਚੀਜ਼ਾਂ ਨੂੰ ਬਹੁਤ ਹੀ ਡੀਪਲੀ ਦੇਖਦੇ ਨੇ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਭ ਨੂੰ ਸ਼ੁਕਰੀਆ ਜੀ ਬਹੁਤ ਸਤਿ ਸ੍ਰੀ ਅਕਾਲ ਜੀ ਜੀ ਇਹ ਗੱਲ ਕਰਨਾ ਚਾਹਾਂਗੇ ਜੀ ਕਿ ਹਰ ਵਾਰੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵੇਲੇ ਬਹੁਤ ਸਾਰੀਆਂ ਉਮੀਦਾਂ ਹਰੇਕ ਦੀਆਂ ਹੁੰਦੀਆਂ ਨੇ ਕਿ ਸ਼ਾਇਦ ਅੱਜ ਦੀ ਮੀਟਿੰਗ 'ਚੋਂ ਕੁ 8 ਦਸੰਬਰ ਨੂੰ ਜੋ ਉਹਨ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਉੱਪਰ ਵੀ ਕਈ ਨਜ਼ਰਾਂ ਨੇ ਕੀ ਦਿਖਦਾ ਹੈ ਕਿ ਕੀ ਰਿਜ਼ਲਟ ਇਹਦਾ ਨਿਕਲ ਸਕਦਾ ਦੇਖੋ ਜੀ ਪਹਿਨਾਂ ਦਾ ਮੀਟਿੰਗ ਦੀ ਤਾਂ ਮੀਟਿੰਗ ਤਾਂ ਸਾਡਾ ਵਿਰਸਾ ਹੈ ਚਾਹੇ ਕੋਈ ਝੂਠ ਵੀ ਬੋਲੇ ਸਾਡੇ ਨਾਲ ਧੋਖਾ ਵੀ ਕਰ ਗਿਆ ਹੋਵੇ ਅਸੀਂ ਤਾਂ ਵੀ ਮੀਟਿੰਗਾਂ ਕਰਦੇ ਆ ਜੀ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਝੂਠ ਬੋਲ ਕੇ ਕਿਲੇ ਦੇ ਵਿੱਚੋਂ ਕਿਲਾ ਚਲਾਇਆ ਗਿਆ ਇਹਦੇ باوجود ਕਿੰਨੀਆਂ ਉਹਨਾਂ ਨੇ ਚਿੱਠੀਆਂ ਲਿਖੀਆਂ ਔਰਿੰਗਜੀਵ ਨੇ ਉਹ ਮੁਕਰਦਾ ਰਿਹਾ ਇਹਦੇ باوجود ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖ ਕੇ ਕਿਹਾ ਵੀ ਕੋਈ ਗੱਲ ਨਹੀਂ ਤੂੰ ਤਾਂ ਮੁੱਕਰਦਾ ਰਿਹਾ ਤੂੰ ਆ ਤੈਨੂੰ ਕੋਈ ਨਹੀਂ ਕੁਝ ਕਹੇਗਾ ਆਪਾਂ ਬੈਠ ਕੇ ਕਰ ਲੈਨੇ ਗੱਲਬਾਤ ਸੋ ਗੱਲਬਾਤ ਦਾ ਤਾਂ ਸਾਡਾ ਵਿਰਸਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਥਾਂ ਥਾਂ ਤੇ ਜਿੱਥੇ ਗਏ ਨੇ ਉੱਥੇ ਗੱਲਬਾਤ ਕਰੀ ਹੈ ਔਰ ਉਹਨਾਂ ਨੇ ਕਿਹਾ ਜਦ ਤੱਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੇ ਅਗਲੇ ਜੀ ਸੁਣੋ ਆਪਣੀ ਕਹੋ ਬਿਲਕੁਲ ਫਰਕ ਇਹ ਨਾ ਮੀਟਿੰਗਾਂ ਦਾ ਕੀ ਪਿਆ ਕਈਆਂ ਨੂੰ ਭੁਲੇਖਾ ਵੀ ਇਹ ਮੀਟਿੰਗ ਚ ਕੁਝ ਨਹੀਂ ਹੋਇਆ ਜੀ ਪਹਿਨਾ ਸਰਕਾਰ ਇਹ ਕਹਿੰਦੀ ਸੀ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਅਸੀਂ ਹੁੰਦੇ ਸੀ ਵੀ ਚੰਗਾ ਸੁਣਾ ਲਓ ਹੂੰ ਫਿਰ ਅੱਜ ਸਰਕਾਰ ਦੀ ਪੋਜੀਸ਼ਨ ਆ ਗਈ ਤੁਸੀਂ ਸੁਣਾਓ ਕਿਉਂਕਿ ਸਰਕਾਰ ਨੂੰ ਅਸੀਂ ਦੱਸਦਾ ਵੀ ਤੁਹਾਡੇ ਅਫਸਰ ਤੁਹਾਡੇ ਸਿਆਸਦਾਨ ਉਹਨਾਂ ਨੂੰ ਬਿਨਾਂ ਵਾਰੇ ਜੋ ਕੁਝ ਉਹ ਕਹਿੰਦੇ ਨੇ ਉਹ ਝੂਠ ਹੈ ਹੂੰ ਹੂੰ ਸੱਚ ਉਹਨਾਂ ਨੂੰ ਪਤਾ ਨਹੀਂ ਪਤਾ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਦੇਵਾਂਗਾ ਜੀ ਜੀ ਪਰ ਜੋ ਕਹਿੰਦੇ ਨੇ ਪ੍ਰਚਾਰ ਕਰਦੇ ਨੇ ਉਹ ਝੂਠ ਹੈ ਅਸੀਂ ਜਚਾਤਾ ਉਹਨਾਂ ਨੂੰ ਜੋ ਅਸੀਂ ਕਹਿੰਨਾ ਉਹ ਸੱਚਾ ਹੈ ਹਾਲਾਂਕਿ ਔਰ ਮੀਟਿੰਗਾਂ ਦਾ ਇੱਕ ਲੈਵਲ ਇਹ ਵੀ ਆਇਆ ਜਿੱਥੇ ਤੋਮਰ ਸਾਹਿਬ ਨੇ ਇੱਕ ਚਿੱਠੀ ਲਿਖਤੀ ਅੱਠ ਪੰਨਿਆਂ ਦੀ ਜੀ ਉਹਦੇ ਵਿੱਚ ਲਿਖਦਾ ਝੂਠ ਸੱਚ ਜੀ ਹਾਲਾਂਕਿ ਇਹ ਜਿਹੜੀ ਇਹੋ ਜੀ ਚਿੱਠੀ ਲਿਖਣੀ ਹੈ ਇਹ ਸ੍ਰਿਸ਼ਟਾਚਾਰ ਦੇ ਨਾਤੇ ਵੀ ਇਹ ਦਫਤਰੀ ਭਾਸ਼ਾ ਦੇ ਨਾਤੇ ਵੀ ਕੋਈ ਇਹ ਜਿਹੇ ਨਾਲ ਚੰਗੇ ਨਹੀਂ ਹੁੰਦੇ ਉਹ ਕਹਿੰਦੇ ਵੀ ਕਿਸਾਨਾਂ ਦਾ ਵਿਚਾਰ ਸਾਡਾ ਵਿਚਾਰ ਜਾਂ ਸਾਡਾ ਵਿਊ ਪੁਆਇੰਟ ਉਹਨਾਂ ਦਾ ਵਿਊ ਪੁਆਇੰਟ ਉਹ ਨਹੀਂ ਲਿਖਿਆ ਉਹਦੇ باوجود ਉਹਦਾ ਵੀ ਜਵਾਬ ਉਹਨਾਂ ਨੇ ਦਿੱਤਾ ਉਹਦੇ ਵਿੱਚੋਂ ਵੀ ਉਹ ਉਸ ਤੋਂ ਬਾਅਦ ਜਦ ਅਮਿਤ ਸ਼ਾਹ ਜੀ ਨੇ 8 ਤਰੀਕ ਨੂੰ ਮੀਟਿੰਗ ਕੀਤੀ ਜੀ ਐਮਰਜੈਂਸੀ ਮੀਟਿੰਗ ਆਪ ਬੁਲਾਈ ਕਿਸਾਨਾਂ ਨੇ ਤਵਨੀ ਮੈਂ ਬੋਤਾ 9 ਤਰੀਕ ਨੂੰ ਸੀ ਬਣਾ ਕੇ ਉਹਨਾਂ ਨੇ ਕਿਹਾ ਵੀ ਯਸ ਨੋ ਦੱਸੋ ਤੇ ਉਹਨਾਂ ਨੇ ਅਖਾ ਚਲੋ ਅਸੀਂ ਤੁਹਾਨੂੰ ਦੇਖ ਕੇ ਤੇ ਜਾਂਦੇ ਫਿਰ 20 ਪੰਨਿਆਂ ਦਾ ਲਿਖ ਕੇ ਵੀ ਭੇਜਿਆ ਸੋ ਇਸ ਕਰਕੇ ਇਹ ਮੀਟਿੰਗਾਂ ਜਿਹੜੀਆਂ ਨੇ ਕਿਸਾਨ ਦੇ ਜੁਮੇ ਵੀ ਕਿਸਾਨ ਜੱਥੇਬੰਦ ਜੁਮੇ ਠੋਣਾ ਨਾ ਪੰਨੇ ਕਿ ਦੇਖੋ ਜੀ ਇਹ ਤਾਂ ਬੈਠੇ ਨੇ ਇੱਥੇ ਧਰਨਾ ਮਾਰੀ ਜਿਵੇਂ ਤੁਸੀਂ ਕਿਹਾ ਪਿਕਨਿਕ ਮਨਾਉਂਦੇ ਨੇ ਹੋਰ 100 ਗੱਲਾਂ ਬਣਾਵਾਂਗੇ ਵੀ ਅਸੀਂ ਪਾਈ ਗੱਲਬਾਤ ਕਿਉਂਕਿ ਦੁਨੀਆ 'ਚ ਕਦੀ ਵੀ ਫਸਟ ਵਰਡ ਵਾਰ ਹੋਈ ਸੈਕਿੰਡ ਵਰਡ ਵਾਰ ਹੋਈ ਦੁਨੀਆ ਦੇ ਦੋ-ਦੋ ਮੁਲਕਾਂ ਦੇ ਚਾਰ-ਚਾਰ ਮੁਲਕਾਂ ਦੀਆਂ ਲੜਾਈਆਂ ਹੋਈਆਂ ਉਹ ਹਮੇਸ਼ਾ ਹੀ ਟੇਬਲ ਦੇ ਉੱਤੇ ਟਾਕ ਹੁੰਦੀ ਆ। ਸੋ ਇਹ ਮੈਦਾਨੇ ਜੰਗ 'ਚ ਟਿਕਰੀ ਬਾਰਡਰ, ਸਿੰਘੂ ਬਾਰਡਰ, ਲਗਾਦੀਆਬਾਦ ਬਾਰਡਰ ਦੇ ਉੱਤੇ ਹੋ ਰਹੀ ਹੈ ਪਰ ਟੇਬਲ ਦੇ ਉੱਤੇ ਵੀ ਜੰਗ ਹੈ। ਅੱਗੇ ਸਾਨੂੰ ਕਿਹਾ ਜਾਂਦਾ ਸੀ ਵੀ ਟੇਬਲ ਤੇ ਜੰਗ ਹਾਰ ਕੇ ਆ ਜਾਂਦੇ ਨੇ। ਜੀ ਜੀ ਅੱਜ ਅਸੀਂ ਇਹ ਇਹ ਸਾਡੀ ਜਿੱਤ ਹੈ ਕਿ ਅਸੀਂ ਜਚਾਤ ਆ। ਸ਼ਾਇਦ ਇਹ ਸੀ ਕਿ ਜਦ ਇਹਨਾਂ ਨੂੰ ਟੇਬਲ ਟਾਕ ਲਈ ਬੁਲਾਇਆ ਜਾਵੇਗਾ ਤੇ ਉੱਥੇ ਗੱਲਾਂ ਵਿੱਚ ਫੇਲ ਹੋ ਜਾਣਗੇ ਤੇ ਅਸੀਂ ਉੱਪਰ ਉਹਨਾਂ ਦੇ ਆਪ ਲੱਤ ਰਾ ਕੇ ਆਪਣੇ ਕਾਨੂੰਨ ਜੋ ਹੈ ਲਾਗੂ ਕਰਵਾ ਲਵਾਂਗੇ ਕਿ ਉਹਨਾਂ ਦੀ ਜੋ ਹੈ ਪੇਸ਼ ਨਹੀਂ ਚੱਲਦੀ ਬਿਲਕੁਲ ਇਹੀ ਗੱਲ ਸੀ ਉਹਨਾਂ ਦੇ ਮਨ 'ਚ ਇਹੀ ਸੀ ਕਿਉਂਕਿ ਖਾਮ ਖੇਲਦੀ ਸੀ ਉਹਨਾਂ ਨੂੰ ਆਈ ਸੀ ਇਹਨਾਂ ਨੂੰ ਕਿਹੜਾ ਪਤਾ ਹੈ ਜਿਵੇਂ ਕਈ ਵੇਰ ਪੁਰਾਣੇ ਜ਼ਮਾਨੇ 'ਚ ਉਹਨਾਂ ਨੂੰ ਪਤਾ ਨਹੀਂ ਵੀ 12 ਵਜੇ ਸਿੱਖਾਂ ਦੇ ਕਿਉਂ ਕਰਦੇ ਸੀ ਵੀ 12 ਵਜੇ ਦਾ ਮਤਲਬ ਕੀ ਸੀ ਉਹ ਕਹਿੰਦੇ ਇਹਨਾਂ ਨੂੰ ਤਾਂ 12 ਵਜੇ ਗਏ ਜੀ ਜਾਨੀ ਕਿ ਕਹਿੰਦੇ ਵੀ ਇਹਨਾਂ ਨੂੰ ਅਕਲ ਨਹੀਂ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਨੇ ਇੰਨੀ ਵੀ ਉਹਦਾ ਤੁਸੀਂ ਕੀ ਮੁਕਾਬਲਾ ਕਰੋਗੇ ਹਾਂ ਜਿਨ੍ਹਾਂ ਨੇ ਐਡੇ ਐਡੇ ਗ੍ਰੰਥ ਲਿਖਤੇ ਜਿਨ੍ਹਾਂ ਨੇ ਦੁਨੀਆਂ ਚ ਜਾ ਕੇ ਚਰਚਾ ਕਰ ਲਈ ਜੀ 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 ਉਹ ਬੁੱਧੂ ਥੋੜੋ ਹੋਣਗੇ ਉਹ ਉਹਨਾਂ ਨੇ ਦੁਨੀਆਂ ਦੀ ਬੈਸਟ ਫਲਸਫੀ ਉਸ ਜ਼ਮਾਨੇ ਦੀ ਪੈਦਾ ਕਰਕੇ ਦਿਖਾਈ ਹੈ ਤੇ ਉਹਨੂੰ ਡਾਕੂਮੈਂਟ ਕਰਿਆ ਇਹ ਨਹੀਂ ਵੀ ਉਹੀ ਬਸ ਇਹ ਇਹਨਾਂ ਨੂੰ ਵੀ ਮੰਤਰ ਜਵਾਨੀ ਕਰਤਾ ਲਿਖ ਕੇ ਕਰਿਆ ਲਿਖਤੀ ਆ ਸਭ ਕੁਝ ਸੋ ਇਸ ਕਰਕੇ ਉਹਨਾਂ ਨੂੰ ਲਿਖਤ ਸਾਹਮਣੇ ਵੀ ਆਉਂਦੀ ਆ ਲਿਖਤ ਕਰਦੀ ਵੀ ਆਉਂਦੀ ਆ ਗੱਲ ਵੀ ਕਰਨੀ ਆਉਂਦੀ ਆ ਤੇ ਜਿਹੜਾ ਆਪਾਂ ਕਹਿੰਦਾ ਵਿਚਾਰਤ ਪਤੰਦਰ ਆ ਦਲੀਲ ਬਾਜੀ ਉਹ ਵੀ ਆਂਦੀ ਹੈ ਉਹ ਕੋਈ ਝਗੜਾ ਨਹੀਂ ਹੈ ਜੀ ਇਹ ਅੱਜ ਦੀ ਗੱਲ ਕਰਦੇ ਨੇ ਮਲਕ ਭਾਗ ਨੂੰ ਦੱਸਤਾ ਸਾਡੇ ਗੁਰੂ ਨੇ ਤਾਂ ਜਾ ਕੇ ਵੀ ਤੂੰ ਕਾਹਦੇ ਤੇਰੇ ਤਾਂ ਪੁੱਢੇ ਚਾਹੇ ਭਾਈ ਖੂਨ ਹੈ ਜੀ 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 ਸੋ ਇਹ ਅਸੀਂ ਦਲੀਲ ਵੀ ਕਰਨੀ ਜਾਂਦੇ ਆ ਤੇ ਅਸੀਂ ਅੱਖ ਚੱਕ ਪਾ ਕੇ ਗੱਲ ਵੀ ਇਹਨਾਂ ਨੂੰ ਭੁਲੇਖਾ ਸੀ ਉਹ ਭੁਲੇਖਾ ਦੂਰ ਹੋ ਗਿਆ ਜੀ ਹੁਣ ਦੂਜੀ ਗੱਲ ਆਈ ਦੂਜੀ ਗੱਲ ਆਈ ਜਿਹੜਾ ਇਹਨਾਂ ਨੇ ਰੌਲਾ ਪਾਇਆ ਵੀ ਇਹ ਤਾਂ ਜੀ ਅਤਵਾਦੀ ਨੇ ਇਹ ਤਾਂ ਵੱਖਵਾਦੀ ਨੇ ਇਹ ਤਾਂ ਉੱਥੇ ਪਿਕਨਿਕ ਮਨਾ ਰਹੇ ਨੇ ਅੱਤਵਾਦੀ ਵੱਖਵਾਹਤਾ ਦੁਨੀਆ ਨੇ ਉੱਧੀ ਇਹਨਾਂ ਨੂੰ ਹਵਾ ਚ ਰਾਤਾ ਹੁਣ ਇਹ ਪਿਕਨਿਕ ਦੀ ਗੱਲ ਕਰਦੇ ਨੇ ਮੈਂ ਮੋਦੀ ਸਾਹਿਬ ਨੂੰ ਤੋਮਰ ਸਾਹਿਬ ਨੂੰ ਜਾਂ ਪਿਯੋਸ਼ ਗੋਇਲ ਨੂੰ ਜਾਂ ਸੋਮ ਪ੍ਰਕਾਸ਼ ਨੂੰ ਜਾਂ ਇਹਨਾਂ ਦੇ ਕੋਈ ਰਾਜਨਾਸ਼ ਜੀ ਗਡਕਰੀ ਜਿਹੜੇ ਮਰਜ਼ੀ ਆ ਜਾਣ ਉਹ ਇਹ ਸਾਨੂੰ ਕਹਿੰਦੇ ਨੇ ਪਿਕਨਿਕ ਬਣਾ ਰਹੇ ਨੇ ਇੱਕ ਦਿਨੇ ਉਸੇ ਪਿਕਨਿਕ ਬਣਾ ਲੈਣਾ ਅਰੇ ਇਹ ਪੱਕੀ ਗੱਲ ਹੈ ਵੀ ਜਿੰਨਾ ਕੁਝ ਅਸੀਂ ਕਿਸਾਨਾਂ ਵਾਸਤੇ ਉੱਥੇ ਹੋ ਰਿਹਾ ਹੈ ਇਹਨਾਂ ਨੂੰ ਤੋਂ ਬੈਟਰ ਕਰਕੇ ਦੇਵਾਂਗੇ ਜੀ 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 ਜੇ ਉਸ ਤੇ ਵੀ ਰਹਿਗੇ ਤਾਂ ਕਹਦੇ ਹੋ ਅਜਿਵੇਂ ਤੁਸੀਂ ਦੱਸਿਆ ਹੈ ਪਾਣੀ ਆ ਗਿਆ ਥੱਲੇ ਪੋਰਾ ਮਹੀਨਾ ਇਹਨੋਂ ਪਤਾ ਨਹੀਂ ਵੀ ਪੋੜਾ ਮਹੀਨਾ ਸਾਡੇ ਵਾਸਤੇ ਕੀ ਹੈ ਅਸੀਂ ਉਸ ਕੁਰਬਾਨੀ 'ਚ ਉੱਥੇ ਬੈਠਿਆ ਫਿਰ ਸਾਡਾ ਨੌਜਵਾਨ ਉੱਥੇ ਕੀ ਕਰ ਰਿਹਾ ਨੌਜਵਾਨ ਨੇ ਜਿੱਥੇ ਬਜ਼ੁਰਗ ਪਏ ਸੀ ਉੱਥੋਂ ਪਾਣੀ ਪਹਿਲਾਂ ਚੱਕਿਆ ਉੱਥੇ ਉਹਨਾਂ ਨੂੰ ਸੁੱਕੇ ਥਾਂ ਪਾਇਆ ਉਹਨਾਂ ਨੂੰ ਸੁੱਕੇ ਕੱਪੜੇ ਦਿੱਤੇ ਇਹ ਸਾਡੀ ਕੁਰਬਾਨੀ ਦੀ ਨਿਸ਼ਾਨੀ ਹੈ ਅੱਜ ਮੈਂ ਤਾਂ ਕਹਾਂਗਾ ਮੈਂ ਤਾਂ ਇਸ ਸੱਚੀ ਮੁੱਚੀ ਮੋਦੀ ਦਾ ਇਹ ਸ਼ੁਕਰ ਗੁਜ਼ਾਰਾ ਵੀ ਉਹਨੇ ਸਾਡੀ ਪਾਗਲ ਰਹੀ ਹੋਈ ਸੀ ਸਾਡੇ ਉੱਤੇ ਇਹਨਾਂ ਨੇ ਹਮਲੇ ਕਰ ਕਰਕੇ ਕਹਿੰਦਾ ਅਸੀਂ ਵੀ ਇਹ ਤਾਂ ਬੰਦੇ ਖੂਨੀ ਨੇ ਅੱਤਵਾਦੀ ਨੇ ਵਕਵਾਦੀ ਨੇ ਇਹ ਤਾਂ ਬੰਦਿਆਂ ਨੂੰ ਮਾਰ ਦਿੰਦੇ ਨੇ ਇਹ ਤਾਂ ਕਿਸੇ ਦੀ ਇੱਜ਼ਤ ਨਹੀਂ ਕਰਦੇ ਅੱਜ ਸਾਰੀ ਦੁਨੀਆ ਨੂੰ ਇਹ ਮੰਨ ਗਈ ਦੁਨੀਆ ਵੀ ਨਹੀਂ ਸਿੱਖਾਂ ਵਰਗਾ ਪੰਜਾਬੀਆਂ ਵਰਗਾ ਚੰਗਾ ਬੰਦਾ ਨਹੀਂ ਹੈ ਬਿਲਕੁਲ ਬਿਲਕੁਲ ਉਹ ਭਾਈਚਾਰਾ ਵੀ ਜਾਣਦੇ ਨੇ ਆਸ-ਪਾਸ ਜਿਹੜੇ ਝੁੱਗੀਆਂ ਚੌਪੜੀਆਂ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਪੱਲਾ ਬੜੇ ਡਰ ਗਏ ਸੀ ਜੇ ਸਿੱਖ ਆ ਰਹੇ ਨੇ ਪਤਾ ਨਹੀਂ ਇੱਥੇ ਕੀ ਹੋ ਜਾਏਗਾ ਖੂਨ ਖਰਾਬਾ ਨਾ ਹੋ ਜਾਵੇ ਪਰ ਉਹਨਾਂ ਦਾ ਕਹਿਣਾ ਹੈ ਕਿ ਵੀ ਹੁਣ ਸਾਨੂੰ ਲੱਗ ਰਿਹਾ ਹੈ ਕਿ ਇੱਥੇ ਹੀ ਰਹਿਣ ਇਹਨਾਂ ਦੇ ਹੁੰਦਿਆ ਜੋ ਅਸੀਂ ਖਾ ਪੀ ਰਹੇ ਸਾਨੂੰ ਕਦੇ ਵੀ ਨਹੀਂ ਹਾਂ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਨੇ ਤੁਹਾਨੂੰ ਪਤਾ ਹੈ ਯੰਗ ਲੇਡੀਜ਼ ਹਮੇਸ਼ਾ ਡਰ ਹੁੰਦਾ ਹੀ ਹੈ ਹਰ ਇੱਕ ਕੁੜੀ ਨੂੰ ਮੇਰੇ ਦੋ ਬੇਟੀਆਂ ਨੇ ਜੇ ਇੱਥੋਂ ਚੰਡੀਗੜ੍ਹ ਵਰਗਾ ਕਹਿੰਦੇ ਬੜਾ ਸੇਫ ਸ਼ਹਿਰ ਹੈ ਜੇ ਰੇਲਵੇ ਸਟੇਸ਼ਨ ਤੋਂ ਮੇਰੀ ਬੇਟੀ ਨੇ ਆਣਾ ਹੋਵੇ ਰਾਤ ਨੂੰ ਸਤਾਪਦੀ ਚੋ ਕੇ ਉੱਥੋਂ ਉਹ ਮੇਰੀ بیوی ਕਹਿੰਦੀ ਆ ਵੀ ਮੈਂ ਜਾਉਂਗੀ ਟੈਕਸੀ ਬੁੱਕ ਕਰਾ ਕੇ ਉਹਨੂੰ ਨਾਲ ਲੈ ਕੇ ਆਉਂਗੀ ਉਹ ਕੱਲੀ ਨਹੀਂ ਆਏਗੀ ਇੱਥੇ ਆ ਉੱਥੇ ਲੜਕੀ ਜਾ ਰਹੀ ਆ ਸਕੂਟੀ 'ਤੇ ਉਹਨੂੰ ਕੋਈ ਪਰਵਾਹ ਹੀ ਨਹੀਂ ਉਹ ਕਹਿੰਦੀ ਜਿੰਨਾ ਚਿਰ ਸਿੱਖ ਹੈਗੇ ਨੇ ਜਿੰਨਾ ਚਿਰ ਪੰਜਾਬੀ ਨੇ ਸਾਡੀ ਤਾਂ ਇੱਜ਼ਤ ਮਹਿਫੂਜ਼ ਹੈ ਇਹ ਫਰਕ ਹੈ ਇਹ ਫਰਕ ਹੈ ਇੱਥੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਮਹਿਫੂਜ਼ ਨਹੀਂ ਹੈਗੇ ਉੱਥੇ ਟਿਕਰੀ ਬਾਰਡਰ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਗਾਜੀਆ ਗਾਜੀਪੁਰ ਬਾਰਡਰ ਦੇ ਉੱਤੇ ਸਾਲੀਆਂ ਕੁੜੀਆਂ ਸੇਫ ਨੇ ਬਿਲਕੁਲ ਸਾਡੀ ਸਾਡੀ ਔਰਤ ਮਹਿਸੂਸ ਕਰਿਆ ਵੀ ਆਪਦਾ ਤਾਕਤ ਮਹਿਸੂਸ ਕਰ ਰਹੀ ਹੈ ਬਿਲਕੁਲ ਸਹੀ ਕਹੇ ਤੁਸੀਂ ਤੇ ਇਹ ਵੀ ਜਰੂਰ ਜਾਨਣਾ ਚਾਹੂਗੀ ਕਿ ਅਗਰ ਮੈਂ ਫਿਰ ਮੀਟਿੰਗਾਂ ਵਾਲੀ ਗੱਲ ਤੇ ਹੀ ਵਾਪਸ ਆਵਾਂ ਤਾਂ ਜਿਵੇਂ ਕਿ ਗੱਲ ਕਹੀ ਜਾਂਦੀ ਹੈ ਕਿ ਬਈ ਕਿਸਾਨ ਆਗਾਹੋਂ ਵੱਲੋਂ ਮੰਗ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਵਿੱਚ ਆਣ ਬੈਠਣ ਸਾਹਮਣੇ ਫੇਸ ਟੂ ਫੇਸ ਗੱਲਬਾਤ ਕਰਨ ਤਾਂ ਉਥੇ ਕਿਹਾ ਜਾਂਦਾ ਕਿ ਪ੍ਰੋਟੋਕੋਲ ਹੈ ਕਿ ਪ੍ਰਾਈਮ ਮਿਨਿਸਟਰ ਜੋ ਹੈ ਸਿੱਧਾ ਮੀਟਿੰਗ ਵਿੱਚ ਨਹੀਂ ਆ ਸਕਦੇ ਕੀ ਇਹ ਪੋਸੀਬਲ ਨਹੀਂ ਹੈ ਕਿ ਪ੍ਰਧਾਨ ਮੰਤਰੀ ਅਗਰ ਚਾਣ ਕੇ ਮਾਮਲਾ ਸੁਲਝਾਣਾ ਹੈ ਤੇ ਮੀਟਿੰਗ ਵਿੱਚ ਬੈਠ ਕੇ ਸਾਹਮਣੇ ਗੱਲਾਂ ਕਰਨ ਇੱਕ ਮੀਟਿੰਗ ਵਿੱਚ ਹੀ ਕਿ ਇਹ ਨਹੀਂ ਨਿਕਲ ਸਕਦਾ ਇਹਦਾ ਨਤੀਜਾ ਦੇਖੋ ਗੱਲ ਇਹ ਹੈ ਵੀ ਜਿਹੜਾ ਤੋਂ ਕਰਦੇ ਨੇ ਗੱਲ ਪ੍ਰੋਟੋਕੋਲ ਦੀ ਹੋਰ ਜੀ ਤਾਂ ਸਾਰੇ ਬਹਾਨੇ ਹੁੰਦੇ ਨੇ ਪ੍ਰੋਟੋ ਪ੍ਰੋਟੋਕੋਲ ਕੋਈ ਚੀਜ਼ ਨਹੀਂ ਹੁੰਦੀ ਜਦ ਤੁਸੀਂ ਇਹ ਕੋਈ ਦੋ ਧਿਰਾਂ ਦੀ ਗੱਲ ਹੈ ਦੋ ਧਿਰਾਂ ਚ ਪ੍ਰਾਈਮ ਮਿਨਿਸਟਰ ਇੱਕ ਪਾਸੇ ਦੂਜੇ ਪਾਸੇ ਕਿਸਾਨ ਨੇ ਬਿਨ ਤੇ ਪ੍ਰਾਈਮ ਮਿਨਿਸਟਰੀ ਦਾ ਕੀ ਆਇਆ ਬਿਨ ਤੇ ਪ੍ਰਾਈਮ ਮਿਨਿਸਟਰੀ ਦੀ ਮਨਜ਼ੂਰੀ ਤੋਂ ਬਗੈਰ ਉੱਥੇ ਪੇਸ ਹੀ ਨਹੀਂ ਹੋ ਸਕਦੀ ਸੀ ਸੋ ਇਹ ਕਹਿਣਾ ਅਸੀਂ ਬਰਾਬਰ ਦੀ ਧਿਰਾਂ ਪ ਇਹ ਤਾਂ ਹੈ ਗਲਤ ਪਰ ਮੈਂ ਇਹ ਕਹਿਣਾ ਵੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਚ ਪਹਿਲੀ ਤੋਂ ਬੈਠਣਾ ਇਹ ਵੀ ਕੋਈ ਮੈਂ ਬਹੁਤੀ ਗੱਲ ਠੀਕ ਨਹੀਂ ਮੰਨਦਾ ਉਹਦਾ ਕਾਰਨ ਕੀ ਹੈ ਜੀ ਵੀ ਤੁਸੀਂ ਸਰਕਾਰ ਵੀ ਸਰਕਾਰ ਦਾ ਰੰਗ ਦਾ ਝੱਕਾ ਕੌਣ ਹੈ ਜੇ ਪਤਾਸ਼ ਦੀ ਬਾਜੀ ਨਹੀਂ ਹੈ ਜੀ ਜੀ ਉਹ ਨਰਿੰਦਰ ਮੋਦੀ ਨੇ ਬਿਲਕੁਲ ਠੀਕ ਹੈ ਕਿਸਾਨਾਂ ਨੇ ਤਾਂ ਉਹਦਾ ਦਾਸਤਾਬਸ ਇਹਦਾ ਕਰਾਉਣਾ ਹੈ ਹੁਣ ਉਹ ਰੰਗ ਦਾ ਝੱਕਾ ਪਹਿਲਾਂ ਜੇ ਬੈਸਾਂ ਚ ਪੈ ਜਾਏਗਾ ਤਾਂ ਫੈਸਲਾ ਨਹੀਂ ਕਰ ਪਾਏਗਾ ਜੀ ਉਹ ਆਪਣੇ ਅਫਸਰਾਂ ਦੇ ਰਾਹੀਂ ਆਪਣੇ ਮੰਤਰੀਆਂ ਦੇ ਰਾਹੀਂ ਗੱਲਬਾਤ ਕਰੀ ਜਾਂਦਾ ਹੈ ਉਹ ਆਪਣੇ ਆਪ ਨੂੰ ਅਸੈਸ ਕਰੀ ਜਾ ਰਿਹਾ ਵੀ ਆਪਾਂ ਕਿੱਥੇ ਪਹੁੰਚਣਾ ਹੈ ਤੇ ਜਿੱਦੇ ਉਹਨੂੰ ਲੱਗਿਆ ਵੀ ਹੁਣ ਬਿਲ ਵਾਪਸ ਹੀ ਲੈਣੇ ਪੈਣੇ ਨੇ ਉਹ ਆਕੇ ਅਨਾਉਂਸ ਕਰੂਗਾ ਇਹ ਮੈਂ ਤਾਂ ਨੱਕ ਵੀ ਦੱਸ ਦਿੰਦਾ ਹਾਂ ਪੌਸਿਬਿਲਟੀ ਅਸੀਂ ਸਮਝ ਸਕਦੇ ਹਾਂ ਕਿ ਇਹ ਪ੍ਰੈਸ਼ਰ ਮੇਨਟੇਨ ਕਰਕੇ ਕਿਤੇ ਨਾ ਕਿਤੇ ਬਿੱਲ ਵਾਪਸ ਲੈਣੇ ਹੀ ਪੈਣਗੇ ਸਰ ਇਹ ਤਾਂ ਪੱਕਾ ਲੈਣੇ ਪੈਣਗੇ ਤੁਸੀਂ ਪੌਸਿਬਿਲਟੀ ਨਹੀਂ ਜੀ ਇਹਦੇ ਵਿੱਚ ਦੋ ਹੀ ਰਹਿ ਗਿਆ ਜਾਂ ਇਹ ਖੂਨ ਖਰਾਬਾ ਕਰਨਗੇ ਜਿਹੜਾ ਨਹੀਂ ਸੰਭਵ ਨਹੀਂ ਹੈ ਦੋ ਸਿਚੁਏਸ਼ਨ ਹੋਊਗੀ ਇਹ ਖੂਨ ਖਰਾਬਾ ਵੀ ਸੰਭਵ ਨਹੀਂ ਹੈ ਤੇ ਇਹ 84 ਨਹੀਂ ਹੁਣ ਵਰਤਾ ਸਕਦੇ ਇਹ ਜੰਨੇ ਵਾਲਾ ਬਾਗ ਨਹੀਂ ਹੁਣ ਕਰ ਸਕਦੇ ਹੁਣੇ ਜਿਹੜੇ ਕਾਲੇ ਕਾਨੂੰਨ ਨੇ ਸੱਚੂੱਚ ਕਾਲੇ ਨੇ ਮੈਂ ਰਾਤੀ ਸਾਰਾ ਲਿਖਦਾ ਰਿਹਾ ਕੱਲੇ ਕੱਲੇ ਕਾਨੂੰਨ ਤੇ ਵੀ ਇਹ ਕੀ ਕਹਿੰਦੇ ਨੇ ਝੂਠ ਬੋਲਦੇ ਨੇ ਇਹਦੇ ਤੇ ਇਹ ਕਾਨੂੰਨ ਕਿਵੇਂ ਮਤਲਬ ਕਿਸਾਨ ਦੇ ਵਿਰੋਧੀ ਨੇ ਕਿਵੇਂ ਸਾਡੇ ਫੈਡਰਲਿਜ਼ਮ ਪੰਜਾਬ ਨੇ ਖੇਤੀ ਤੇ ਆਪ ਕਾਨੂੰਨ ਬਣਾਉਣੇ ਨੇ ਇਹਨਾਂ ਨੂੰ ਕੀ ਪਤਾ ਹੈ ਅਸਾਮ ਦੀ ਖੇਤੀ ਹੋਰ ਤਾਮਿਲਨਾਡੂ ਦੀ ਹੋਰ ਹੈ ਸਾਡੇ ਜਿਹੜੇ ਸੰਵਿਧਾਨ ਘਾੜੇ ਸੀ ਉਹਨਾਂ ਨੇ ਨਾ ਸਮਾ ਲਾ ਕੇ ਸੰਵਿਧਾਨ ਘੜਿਆ ਐਡੀ ਵੱਡੀ ਸੰਵਿਧਾਨ ਸਭਾ ਨੇ ਡਾਕਟਰ ਮੇਜਰ ਵਰਗੇ ਇੰਨੇ ਵੱਡੇ ਇੰਟੈਲੈਕਚੁਅਲ ਜਿਨ੍ਹਾਂ ਨੇ ਉਹਦੀ ਡਰਾਫਟਿੰਗ ਕੀਤੀ ਜੀ ਕਿ ਉਹਨਾਂ ਨੇ ਕੋਈ ਸੋਚ ਕੇ ਕਰਿਆ ਸੀ ਇਹ ਉਹਨੂੰ ਉਲਟਾਈ ਜਾ ਰਹੇ ਨੇ ਸੋ ਇਸ ਕਰਕੇ ਇਹ ਬਿੱਲ ਤਾਂ ਵਾਪਸ ਲੈਣੇ ਪੈਣਗੇ ਇਹ ਤਾਂ ਇਹਨਾਂ ਨੂੰ ਕੋਈ ਹੋਰ ਚਾਰਾ ਹੀ ਨਹੀਂ ਮੈਂ ਤਾਂ ਇਸ ਗੱਲ ਤੇ ਖੁਸ਼ ਹਾਂ ਵੀ ਜਿੰਨਾ ਇਹ ਲੇਟ ਕਰੀ ਜਾਂਦੇ ਨੇ ਉਹਨਾਂ ਨੂੰ ਤੁਸੀਂ ਦੇਖੋ ਆਪਾਂ ਛੋਟੀ ਜੀ ਦੇਖੀਏ ਜੀ ਕੱਲ ਨੂੰ ਹੋਣਾ ਟਰੈਕਟਰ ਮਾਰਚ ਸਿਆਨਪਕੜੀ ਉਹਨਾਂ ਨੇ ਅੱਜ ਮੀਂਹੋਂ ਜ਼ਿਆਦਾ ਆਪਾਂ ਇਹ ਨਹੀਂ ਔਰ ਟਰੈਕਟਰ ਬਾਹਰੋਂ ਜਾਣਗੇ ਉਹ ਜਿਹੜੇ ਉੱਥੇ ਖੜੇ ਟਰੈਕਟਰ ਨੇ ਉਹਨਾਂ ਨਾਲ ਨਹੀਂ ਮਾਰਚ ਕਰਨਾ ਕਿੰਨੇ ਟਰੈਕਟਰ ਹੋਰ ਹੋਗੇ ਇਸ ਤੋਂ ਅੱਗੇ ਫਿਰ ਇਹਨਾਂ ਨੇ ਲੋਹੜੀ ਮਨਾਉਣੀ ਹੈ ਲੋਹੜੀ ਵੇਲੇ ਅਸੀਂ ਕਹਿੰਦੇ ਆ ਵੀ ਜਿਹੜਾ ਪਾਪੀ ਆ ਉਹਨੂੰ ਅੱਗ 'ਚ ਪਾਓ ਤੇ ਸੱਚ ਬਾਹਰ ਆਵੇ ਤਾਂ ਉਹ ਪਾਪੀਆਂ ਨੂੰ ਅੱਗ 'ਚ ਪਾਉਣਗੇ ਫਿਰ ਇਸ ਤੋਂ ਅੱਗੇ ਉਹਨਾਂ ਨੇ ਵੂਮਨ ਕਿਸਾਨ ਦੇਸ ਮਨਾਣਾ ਹੈ ਫਿਰ 26 ਜਨਵਰੀ ਨੂੰ ਜਿੱਦੇ ਉੱਥੇ ਕੇਸਰੀ ਨਿਸ਼ਾਨ ਕਿਸਾਨ ਸਵਾਦ ਇਨਸਾਨ ਤਰੰਗੇ ਝੰਡੇ ਉੱਥੇ ਜਨਪਤ ਤੇ ਚੱਲਣਗੇ ਰਾਜਪਤ ਤੇ ਚੱਲਣਗੇ ਉਹਨਾਂ ਨੂੰ ਕੀ ਜਵਾਬ ਦੇਣਗੇ ਨਾਟ ਓਨਲੀ 댓 ਜੀ ਔਰ ਤਾਂ ਟਰੈਕਟਰ ਚਲਾ ਕੇ ਜਾ ਰਹੀਆਂ ਹੋਣਗੀਆਂ ਉਹਨਾਂ ਦੀ ਪ੍ਰੈਕਟਿਸ ਕਰੀ ਜਾ ਰਹੀ ਹੈ ਫੌਜੀ ਜਿਹੜੇ ਰਿਟਾਇਰਡ ਫੌਜੀ ਨੇ ਜਨਰਲ ਨੇ ਕਰਨਲ ਨੇ ਉਹ ਆਪਣੀਆਂ ਵਰਦੀਆਂ ਦੇ ਵਿੱਚ ਉੱਥੇ ਜਾਣਗੇ ਤੇ ਉੱਥੇ ਵੀ ਹਾਂ ਆ ਕਿਸਾਨਾਂ ਦੀ ਵੀ ਫੌਜ ਖੜੀ ਹੈ ਸੱਚੀ ਮੁੱਚੀ ਦੇ ਫੌਜੀ ਨੇ ਉਹ ਰਿਟਾਇਰ ਹੋਏ ਨੇ ਨਾ ਤਾਂ ਮੈਂ ਡਾਕਟਰ ਰਿਟਾਇਰ ਹੋ ਗਿਆ ਇਹ ਜਦੋਂ ਮੇਰੇ ਡਾਕਟਰ ਨਹੀਂ ਰਿਹਾ ਸੋ ਇਸ ਕਰਕੇ ਅੱਜ ਸ਼ਾਂਤ ਮੈਤਰੀਕੇ ਨਾਲ ਇੱਕ ਪੈਰਲ ਉੱਥੇ ਸਿਸਟਮ ਅਸੀਂ ਮੁੜ ਕੇ ਦਿਖਾਇਆ ਹੈ ਜੀ ਵੀ ਅਸੀਂ ਆਪਣੀ ਰੋਟੀ ਚਲਾ ਸਕਦੇ ਹਾਂ ਅਸੀਂ ਆਪ ਦਾ ਇਲਾਜ ਕਰ ਸਕਦੇ ਹਾਂ ਅਸੀਂ ਆਪਣੀ ਸਫਾਈ ਕਰ ਸਕਦੇ ਹਾਂ ਅਸੀਂ ਉੱਥੇ ਰਹਿਣ ਦਾ ਪ੍ਰਬੰਧ ਕਰ ਸਕਦੇ ਹਾਂ ਅਸੀਂ ਆਪਣੀ ਸਟੇਜ ਦਾ ਪ੍ਰਬੰਧ ਕਰ ਸਕਦੇ ਹਾਂ ਅਸੀਂ ਆਉਣ ਜਾਣ ਵਾਲਿਆਂ ਨੂੰ ਸਾਮ੍ਹ ਸਕਦੇ ਹਾਂ ਅਸੀਂ ਚਰਚਾ ਕਰ ਸਕਦੇ ਹਾਂ ਅਸੀਂ ਪ੍ਰੈਸ ਨੂੰ ਹੈਂਡ ਹਰ ਚੀਜ਼ ਨੂੰ ਅਸੀਂ ਉੱਥੇ ਪੈਰਲ ਦਿਖਾਇਆ ਅਸੀਂ ਆਪਣੀ ਸਿਕਿਉਰਿਟੀ ਕਰ ਸਕਦੇ ਹਾਂ ਥੋਡੀਆਂ ਕੁੱਝੀਆਂ ਚਾਲਾਂ ਦੇ ਬਾਵਜੂਦ ਤੁਹਾਡੇ ਬੰਦੇ ਰੋਜ਼ ਫੜੇ ਜਾ ਰਹੇ ਨੇ ਜੀ 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 ਸਾਡੇ ਤੋਂ ਇੱਕ ਤੋਂ ਕਿਸੇ ਸੱਪੜੇ ਮਾਰਾ ਦਿਖਾ ਦਿਓ ਸੋ ਇਸ ਕਰਕੇ ਕਿਸਾਨਾਂ ਨੇ ਪੰਜਾਬ ਨੇ ਪੰਜਾਬ ਨੂੰ ਸਾਰੇ ਮੁਲਕ ਨੇ ਅੱਜ ਲੀਡਰ ਮੰਨ ਲਿਆ ਕੋਈ ਜ਼ਮਾਨਾ ਸੀ ਜਿੱਦ ਦੇ ਪੰਜਾਬ ਨੂੰ ਆਈਸੋਲੇਟ ਕਰਤਾ ਸੀ ਇੰਦਰਾ ਗਾਂਧੀ ਨੇ ਪੰਜਾਬੀਆਂ ਤੋਂ ਡਰਨ ਲੱਗੇ ਸੀ ਕਿ ਮੈਂ ਆਪ ਉੱਥੇ ਇੱਕ ਵਾਰੀ ਬੈਠਾ ਕਨਾਰਪਲੇਸ ਸਰਕਾਰੀ ਡਿਊਟੀ ਤੇ ਗਿਆ ਸੀ ਪੰਜਾਬਾ ਨੂੰ ਠਹਿਰਾ ਹੋਇਆ ਸੀ ਉੱਥੇ ਕਨਾਰਪਲੇਸ ਵਿੱਚ ਹੀ ਆ ਜੀ ਜੀ ਤੇ ਉੱਥੇ ਪੱਠੀ ਜੀ ਸੀ ਉਹ ਮੈਨੂੰ ਪੁੱਛਣਾ ਕਹਾਂ ਸੇ ਆਇਆ ਮੈਂ ਕਿ ਗੁਰਦਾਸਪੁਰ ਸੀ ਬਹੁਤ ਆਗ ਲੱਗੀ ਹੈ ਮੈਂ ਕਿ ਹਾਂ ਅਖਬਾਰਾਂ ਵਿੱਚ ਤਾਂ ਲੱਗੀ ਹੈ ਮਤਲਬ ਇੰਨਾ ਡਰਾਇਆ ਹੋਇਆ ਸੀ ਲੋਕਾਂ ਨੂੰ ਵੀ ਪੰਜਾਬ ਤੋਂ ਬੱਲ ਰਹੇ ਜੀ 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 ਸੋ ਅੱਜ ਪੰਜਾਬ ਨੂੰ ਸਾਰੇ ਮੁਲਕ ਦੀ ਕਿਸਾਨੀ ਨੇ ਸਾਰੇ ਮੁਲਕ ਦੇ ਲੋਕਾਂ ਨੇ ਮੰਨ ਲਿਆ ਵੀ ਪੰਜਾਬ ਸਾਡਾ ਲੀਡਰ ਵੀ ਹੈ ਪੰਜਾਬ ਨੇ ਲੀਡ ਕਰਿਆ ਔਰ ਬਹੁਤ ਅੱਛਾ ਲੀਡ ਕਰ ਰਹੇ ਨੇ ਅਸੀਂ ਨਾਲ ਆ ਤੇ ਸਾਰੀ ਜੱਥੇਬੰਦੀਆਂ ਮੈਂ ਹੋਰ ਪੁੱਛਣਾ ਚਾਹੂੰਗੀ ਕਿ ਜਿ ਜਿੰਨੇ ਵੀ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਅੱਗੇ ਹੋ ਕੇ ਮੀਟਿੰਗਾਂ ਵਿੱਚ ਜਾ ਰਹੇ ਨੇ ਜਿਸ ਦਿਸ਼ਾ ਵੱਲ ਇਸ ਸੰਘਰਸ਼ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਦੀ ਕਾਰਵਾਈ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿਸਾਨ ਆਗੂਆਂ ਦੇ ਜੋ ਨਿਰਣੇ ਡਿਸੀਜਨਸ ਲਈ ਜਾ ਰਹੇ ਨੇ ਕਿਸ ਤਰੀਕੇ ਨਾਲ ਕਿਉਂਕਿ ਜਿੰਨਾ ਵੀ ਅੰਦੋਲਨ ਹੈ ਜਿੰਨੇ ਵੀ ਲੋਕ ਉੱਥੇ ਪਹੁੰਚ ਰਹੇ ਨੇ ਉਹ ਸਾਰੇ ਉਹਨਾਂ ਦੇ ਕਹੇ ਤੇ ਜੋ ਉਹਨਾਂ ਤੋਂ ਫੈਸਲਾ ਲਿਆ ਜਾਂਦਾ ਉਸੇ ਤੇ ਚੱਲ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖੋ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਮੈਂ ਕਹਾਂਗਾ ਵੀ ਬੜੀ ਆਲਾ ਦਰਚੀਲੀ ਹੈ ਮੈਂ ਆਪ ਟ੍ਰੇਡ ਯੂਨੀਅਨ ਲੀਡਰ ਹਾਂ ਜੀ ਜੀ ਮੈਨੂੰ ਪਤਾ ਹੈ ਵੀ ਮੈਂ ਕਿਉਂਕਿ ਅਸੀਂ ਕਰਦੇ ਸੀ ਵੀ ਜੇ ਫਰਜ ਕੋਈ ਫੈਸਲਾ ਕਰ ਲਿਆ ਜੀ ਆਪਾਂ ਪੰਜ ਚਾਰ ਬੰਦਿਆਂ ਨੇ ਫੈਸਲਾ ਕਰ ਲਿਆ ਉਦੋਂ ਮੁੜ ਕੇ ਮੈਨੂੰ ਲੱਗਾ ਵੀ ਇਹ ਫੈਸਲਾ ਗਲਤ ਹੋ ਗਿਆ ਜੀ ਜੀ ਮੈਨੂੰ ਤੁਸੀਂ ਉੰਜ ਪਾਵਰ ਜੀ ਵੀ ਹੈਗੀ ਆ ਵੀ ਜੇ ਮੈਂ ਉਹਨੂੰ ਬਦਲ ਵੀ ਦੇਵਾਂ ਤੁਸੀਂ ਨਾ ਬਿਨਾ ਕਰਨੀ ਹੋਵੇ ਮੈਂ ਇਹ ਫੈਸਲਾ ਲਵਾਂ ਵੀ ਮੈਂ ਤੁਹਾਨੂੰ ਬਿਨਾ ਪੁੱਛੇ ਉਹਨੂੰ ਬਦਲਣਾ ਨਹੀਂ ਮੈਨੂੰ ਪਤਾ ਕਿ ਤੁਸੀਂ ਮੈਨੂੰ ਨਾ ਨਹੀਂ ਕਰਨੀ ਮੈਂ ਤਾਂ ਵੀ ਨਹੀਂ ਬਦਲਣਾ ਜੇ ਮੈਨੂੰ ਕੋਈ ਚੌਪਾਂਦੇਵਾ ਬੰਦਾ ਕਹੇ ਨਾਲ ਦਈ ਵੀ ਯਾਰ ਕੋਈ ਨਹੀਂ ਡਾਕਟਰ ਸਾਹਿਬ ਤੁਹਾਡੀ ਤਾਂ ਹਰੇਕੀ ਮੰਨਦਾ ਤੁਸੀਂ ਬਦਲ ਦੋ ਮੈਂ ਨਾ ਫੈਸਲਾ ਉੱਤੀ ਹੋ ਜਿੱਤੋਂ ਕਰਿਆ ਸੀ ਇਹ ਕਿਸਾਨ ਜੱਥੇ ਬੰਨਿਆ ਨੇ ਸਭ ਤੋਂ ਪਹਿਲੀ ਗੱਲ ਇਹ ਕਰੀ ਆ ਦੂਜੀ ਗੱਲ ਅਸੀਂ ਕੀ ਕਰੀ ਸੀ ਸਾਡੇ ਜਿਵੇਂ ਛੋਟੇ ਵੀ ਸੀ ਜਿਵੇਂ ਕਪੂਰਸਲਾ ਬਹੁਤ ਛੋਟਾ ਸੀ ਰੋਪਣ ਬਹੁਤ ਛੋਟਾ ਸੀ ਹਰੇਕ ਜਿਵੇਂ ਦਾ ਗੇ ਕਿਤੇ 50 ਡਾਕਟਰ ਨੇ ਕਿਤੇ 300 ਡਾਕਟਰ ਹੈ ਮੈਂਬਰ 11 ਹੀ ਹੋਣਗੇ ਹਰੇਕ ਦੀ ਬਰਾਬਰ ਵੋਟ ਇਹਨਾਂ ਨੇ ਵੀ ਚਾਹੇ ਜਥੇਵੰਦੀ ਇਕ ਜਿਹੜੇ ਦੀ ਹੈ ਚਾਹੇ ਇਕ ਸਟੇਟ ਦੀ ਹੈ ਸਭ ਦੀ ਬਰਾਬਰ ਵੋਟ ਇਹ ਇਹਨਾਂ ਨੇ ਡੈਮੋਕ੍ਰੇਸੀ ਬਹੁਤ ਵਧੀਆ ਬਹਾਰ ਕਰੀ ਦੂਜੀ ਗੱਲ ਪਹਿਲਾਂ ਇਹ ਜਥੇਵੰਦੀਆਂ ਦੇ ਕਈ ਗਰੁੱਪ ਨੇ ਜਿਹੜੇ 30 ਵੀ ਨੇ ਉਹਨਾਂ ਚ ਵੀ ਕਈ ਗਰੁੱਪ ਨੇ ਪਹਿਲਾਂ ਇੱਕ ਜਥੇਵੰਦੀ ਆਪਦੀ ਮੀਟਿੰਗ ਕਰਦੀ ਹੈ ਫਿਰ ਆਪਦੇ ਗਰੁੱਪ ਦੀ ਮੀਟਿੰਗ ਕਰਦੀ ਹੈ ਫਿਰ ਉਹ ਸਾਰੇ ਗਰੁੱਪ ਨਾਲ ਕੇ ਮੀਟਿੰਗ ਕਰ ਦਿੰਦੀ ਫਿਰ ਤੀਆਂ ਤੋਂ ਉਹ ਚਾਲੀਆਂ ਵਾਲੀ ਮੀਟਿੰਗ ਹੁੰਦੀ ਹੈ ਇਹਦੀ ਨਾਲੀ ਦੋ ਵੱਡੀ ਡੈਮੋਕ੍ਰੇਸੀ ਤਾਂ ਕਿਤੇ ਹੋਈ ਨਹੀਂ ਸਕਦੀ ਸੋ ਉਹਦੇ ਨਾਲ ਡਿਸੀਜਨ ਜਿਹੜਾ ਪੁਨਿਆ ਛਾਣੇ ਜਾਂਦਾ ਹੈ ਅਗਲੀ ਗੱਲ ਹੋਰ ਇਹਨਾਂ ਦੀ ਸਿਆਨਤ ਕੀ ਹੈ ਬਹੁਤ ਸਾਰੇ ਜਿਵੇਂ ਆ ਖਾਲਸਾਨੀ ਕਹਿਣ ਵਾਲੇ ਬਿਲਕੁਲ ਵੀ ਇਹ ਤਾਂ ਜੀ ਇੱਥੇ ਵੇਖਣੇ ਕਮਣਾਉਣ ਆਏ ਨੇ ਜੀ ਇੱਥੇ ਤਾਂ ਆ ਹੋ ਜੂ ਉਹਦਾ ਧਿਆਨ ਰੱਖਦੇ ਨੇ ਬਿਲਕੁਲ ਉਹ ਸੁਣਦੇ ਨੇ ਵੀ ਇਹ ਕਹਿੰਦੇ ਕੀ ਨੇ ਨੌਜਵਾਨ ਕੀ ਕਹਿੰਦੇ ਨੇ ਵੀ ਹੁਣ ਅੱਛੇ ਬੈਠੇ ਕੀ ਕਰਦੇ ਹੋ ਅੱਗੇ ਚੱਲੋ ਉਹ ਸੁਣਦੇ ਨੇ ਜੇ ਕੋਈ ਨਗਾਰੇ ਉੱਤੇ ਨਗਾਰੇ ਵਜਾਂਦਾ ਉਹਨੂੰ ਵੀ ਸੁਣਦੇ ਨੇ ਜੇ ਕੋਈ ਉੱਥੇ ਡੀਜੇ ਰਾਤ ਨੂੰ ਉੱਚੀ ਲਾਉਂਦਾ ਉਹਨੂੰ ਵੀ ਸੁਣਦੇ ਨੇ ਸੁਣ ਕੇ ਫਿਰ ਹੌਲੀ ਹੌਲੀ ਰਿਐਕਟ ਕਰਦੇ ਨੇ ਵੀ ਆਪਾਂ ਆ ਕਰਨਾ ਆ ਨਹੀਂ ਕਰਨਾ ਸੋ ਬਹੁਤ ਹੀ ਸਿਆਣਪ ਨਾਲ ਮੈਂ ਰਾਜੇਵਾਲ ਸਾਹਿਬ ਦਾ ਭਾਸ਼ਣ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਵੀ ਨੌਜਵਾਨਾਂ ਸਾਨੂੰ ਪਤਾ ਹੈ ਇਹ ਖੂਨ ਤਾਂ ਗਰਮ ਹੁੰਦਾ ਹੀ ਹੈ ਨੌਜਵਾਨਾਂ ਦਾ ਵੀ ਜਿਹੜਾ ਸ਼ਾਂਤੀ ਰੱਖੋ ਪਹਿਨੂੰ ਸ਼ਾਂਤ ਰੱਖਣਾ ਹੈ ਕਿਉਂਕਿ ਜਿੰਨੀਆਂ ਸਰਕਾਰੀਆਂ ਤਾਕਤਾਂ ਨੇ ਉਹ ਕੋਈ ਸਰਕਾਰ ਐ ਨਹੀਂ ਆ ਵੀ ਮੋਦੀ ਸਾਹਿਬ ਨੇ ਆ ਕੇ ਕਹਿਣਾ ਹੈ ਜਾਂ ਇਹਨਾਂ ਦੇ ਜਿਹੜੇ ਹੈਗੇ ਨੇ ਆਪਣੇ ਸੀਬੀਆਈ ਦੇ ਉਹਨਾਂ ਨੇ ਆ ਕੇ ਕਹਿਣਾ ਹੈ ਦੋ ਬਾਲ ਨਹੀਂ ਆ ਕੇ ਉੱਥੇ ਕੁਝ ਕਹਿਣਾ ਉੱਥੇ ਉਹਨਾਂ ਨੇ ਆਪਦੇ ਨੌਜਵਾਨ ਭੇਜ ਕੇ ਇੱਕ ਦੋ ਆਪਦੇ ਬੰਦੇ ਭੇਜ ਕੇ ਸਾਢੇ ਨੌਜਵਾਨਾਂ ਚ ਜੀ ਭੋੜੇ ਭਾਲੇ ਨੌਜਵਾਨਾਂ ਚ ਸਾਫ਼ ਦਿਲ ਨੌਜਵਾਨ ਕਹਿੰਦਾ ਯਾਰ ਇੱਥੇ ਬਿਠੇ ਕੀ ਕਰਦੇ ਹੋ ਦਿੱਲੀ ਤੇ ਜਾ ਕੇ ਘੇਰ ਲੋ ਨਾਲ ਕਦੇ ਨੂੰ ਖੜਕਾ ਦਿਓ ਇੱਟ ਨਾਲ ਇੱਟ ਉਹ ਉਹ ਨੌਜਾਨ ਖੂਨ ਗਰਮ ਹੁੰਦਾ ਕਈ ਵਾਰ ਮੰਨ ਜਾਂਦਾ ਇਹ ਊਠ ਕਰਨਾ ਚਾਹੁੰਦੇ ਨੇ ਇਹ ਵੀਡੀਓ 'ਚ ਬੜੀ ਸਿਆਣੀ ਹੈ ਜੀ ਇਹ ਦੱਸ ਰਹੀ ਵੀ ਐ ਨਾ ਕਰ ਦਿਓ ਜਿਵੇਂ ਆਪਾਂ ਤਵੇ ਤੇ ਰੋਟੀ ਪਾਈ ਹੋਵੇ ਨਾ ਤੇ ਬਿਨਾ ਸੇਕ ਪਰਪਰ ਲੱਗੇ ਆਪਾਂ ਥੱਲ ਦੀਏ ਜੀ ਤੇ ਉਹ ਰੋਟੀ ਪੱਥਰ ਬਣ ਜਾਂਦੀ ਹੈ ਖੰਗੜ ਕਹਿੰਦੇ ਅਸੀਂ ਉਹਨੂੰ ਸੋ ਇਸ ਕਰਕੇ ਕਿਸਾਨੀ ਦੀ ਜਿਹਨੇ ਫੈਸਲੇ ਲੈਂਦੀ ਹੈ ਡੈਮੋਕ੍ਰੈਟਿਕਲੀ ਲੈਂਦੀ ਹੈ ਸੋ ਸਮਝ ਕੇ ਲੈਂਦੀ ਹੈ ਔਰ ਉਹਨਾਂ ਨੇ ਇੱਕ ਲਾਈਨ ਦੇ ਉੱਤੇ ਹੋਣ ਬਲਕੇ ਉਲਟਾ ਗੱਲ ਹੈ ਇੱਕ ਪਾਸੇ ਤਾਂ ਕਹਿੰਦੇ ਸੀ ਇਹ ਤਾਂ ਜੀ ਵਿੱਕ ਕੇ ਆ ਜਾਣਗੇ ਉਹੀ ਜਿਹਨੀਆਂ ਸਰਕਾਰ ਦੀਆਂ ਮਤਲਬ ਸਪੋਰਟਰ ਬੰਦੇ ਨੇ ਉਹ ਪਹਿਲਾਂ ਇਹ ਤਾਂ ਵਿੱਕ ਕੇ ਆ ਜਾਣਗੇ ਜੀ ਇਹ ਤਾਂ ਡਰ ਕੇ ਆ ਜਾਣਗੇ ਅੱਜ ਉਹ ਕੀ ਕਹਿ ਰਹੇ ਨੇ ਇਹ ਤਾਂ ਜੀ ਬੜੇ ਆਕੜੇ ਖੜੇ ਨੇ ਇਹਨਾਂ ਤਾਂ ਲੈ ਨਹੀਂ ਕੀਤੀ ਜੀ ਐਂ ਲਾਇ ਦੇ ਤੋਂ ਬਿਨਾ ਕਿਵੇਂ ਹੁੰਦਾ ਉਹਨਾਂ ਨੂੰ ਪੁੱਛੋ ਵੀ ਲਾਇ ਦੇਦਾ ਮੈਂ ਮਾਫ ਕਰਨਾ ਮੈਂ ਇੱਕ ਉਦਾਹਰਣ ਦਰਨਾ ਛੋਟੀ ਜੀ ਐ ਤੁਹਾਡਾ ਕੈਮਰਾ ਹੈ ਜੀ ਇਹ ਤਾਂ ਮੈਂ ਕਰ ਲੈਣਾ ਕਬਜਾ ਜੀ ਤੇ ਫਿਰ ਮੈਂ ਕਹਾਂ ਜੀ ਲਾਇ ਦੇ ਕਰੋ ਤੁਸੀਂ ਕਹੋ ਭਾਈ ਤੂੰ ਕੀ ਲੱਗੇ ਕੈਮਰੇ ਦਾ ਇਹ ਕੈਮਰਾ ਸਾਡਾ ਲਾਇ ਦੇ ਕਦੀ ਕਰਦੀਆਂ ਇੰਦੇ ਚ ਤੁਸੀਂ ਕਹੋ ਵੀ ਮੇਰਾ ਕੈਮਰਾ ਵਾਪਸ ਕਰੋ ਤੇ ਮੈਂ ਕਹਾਂ ਯਾਰ ਲਾਇ ਦੇ ਕਰ ਲੋ ਇਹਦਾ ਮਤਲਬ ਜੇ ਲਾਇ ਦੇ ਕਰਾਂਗੇ ਤਾਂ ਕੁਝ ਤਾਂ ਮੈਨੂੰ ਮਿਲੂਗੀ ਕਬਜਾ ਮੈਂ ਨਜਾਇਜ਼ ਕਰ ਲਿਆ ਸੋ ਅੱਜ ਸਾਡਾ ਰੌਲਾ ਜਿਹੜਾ ਹੈ ਉਹ ਇਹ ਹੈ ਕਿ ਤੁਸੀਂ ਖੇਤੀ ਜਿਹੜੀ ਸੂਬਿਆਂ ਦਾ हिस्सा ਸੀ ਉਹਦੇ ਉੱਤੇ ਨਵੈਲ ਕਵਤਾ ਕਰ ਲਿਆ ਹੁਣ ਤੁਸੀਂ ਕਿਹਨਾਂ ਲਾਇ ਦੇਓ ਕਰ ਲੋ ਲਾਇਦੇ ਕਹਿੰਦੇ ਕਰਨੀਆਂ ਬਿਲਕੁਲ ਉਹੀ ਗੱਲ ਹੈ ਕਿ ਹੁਣ ਜਦੋਂ ਅਸੀਂ ਗੱਲ ਕਰਦੇ ਆਂਗੇ ਬੀਤੇ ਦਿਨੀ ਹੀ ਜੋ ਜਿਆਨੀ ਤੇ ਹਰਜੀਤ ਗਰੇਵਾਲ ਜੋ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਕੇ ਆਂਦੇ ਨੇ ਬਾਹਰ ਨਿਕਲ ਕੇ ਉਹਨਾਂ ਦੇ ਤੇਵਾਰੀ ਕੁਝ ਹੋਰ ਤਰੀਕੇ ਨਾਲ ਲੱਗਦਾ ਮਤਲਬ ਉੱਥੇ ਅੰਦਾਜ਼ਾ ਲੱਗਦਾ ਹੈ ਕਿ ਜੋ ਭਾਜਪਾ ਜਾਂ ਕੇਂਦਰ ਸਰਕਾਰ ਕਹਿ ਲਿਓ ਕਿਸਾਨਾਂ ਦੇ ਪੱਖ ਵਿੱਚ ਨਹੀਂ ਦਿਖਦੀ ਤੇ ਨਾਲ ਦੇ ਨਾਲ ਜਨੂਵਲ ਇਹ ਵੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਸੰਘਰਸ਼ ਹੈ ਲੀਡਰਹੀਨ ਸੰਘਰਸ਼ ਜੋ ਹੈ ਚੱਲ ਰਿਹਾ ਵੀ ਇਹਦਾ ਕੋਈ ਲੀਡਰ ਪ੍ਰੋਪਰ ਉਹ ਨਹੀਂ ਉਹਨੂੰ ਉਸ ਤਰੀਕੇ ਨਾਲ ਨਹੀਂ ਦੇਖ ਰਹੇ ਤਾਂ ਯਾਨੀ ਅਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਆਂ ਕਿ ਵੀ ਜੋ ਭਾਜਪਾ ਜਾਂ ਕੇਂਦਰ ਸਰਕਾਰ ਹਲੇ ਵੀ ਲੰਮਾ ਸਮਾਂ ਲਏਗੀ ਜੇਕਰ ਕਾਨੂੰਨ ਵਾਪਸ ਨਹੀਂ ਕਰਨਗੇ ਬਹੁਤ ਹਲੇ ਵੀ ਲੰਮਾ ਸਮਾਂ ਇਹ ਸੰਘਰਸ਼ ਜ਼ਰੂਰ ਚੱਲੇਗਾ ਜਾਣ ਕੇ ਚਲਾ ਰਹੀ ਹੈ ਜੀ ਬੀਜਪੀ ਨੂੰ ਇਹ ਅੰਦਰੋਂ ਇਹ ਹੈ ਕਿ ਅਸੀਂ ਪੰਜਾਬ 'ਚ ਰਾਜ ਕਰਨਾ ਹੈ ਜੀ ਪੰਜਾਬ 'ਚ ਰਾਜ ਕਰਨ ਦਾ ਤਰੀਕਾ ਉਹ ਇਹ ਲੱਭ ਰਹੇ ਨੇ ਵੀ ਇਹਨੂੰ ਸੰਘਰਸ਼ ਨੂੰ ਕਰੋ ਲੰਬਾ ਜੀ ਦਲਤਾਂ ਨੂੰ ਬਾਕੀ ਨੌਜਵਾਨਾਂ ਨੂੰ ਸ਼ਹਿਰੀਆਂ ਨੂੰ ਵਪਾਰੀਆਂ ਨੂੰ ਇਹਨਾਂ ਤੋਂ ਵੱਖ ਕਰੋ ਅਜੇ ਤੱਕ ਕੋਈ ਕਰ ਨਹੀਂ ਸਕੇ ਇਕ ਤਾਂ ਇਹ ਹੀ ਹੈ ਵੀ ਵਿੱਚੋਂ ਫਿਰ ਅਸੀਂ ਕਾਂਗੇ ਫਲਾਣੇ ਨੂੰ ਕੋਈ ਸਿੱਖ ਵੀ ਨਾਲ ਆ ਜਾਣਗੇ ਜੀ 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 ਹੈ ਵੀ ਅਸੀਂ ਫਿਰ ਕਿਸੇ ਸਿੱਖ ਦਾ ਚਿਹਰਾ ਬਣਾ ਕੇ ਅੱਜ ਕੋਈ ਨਾ ਚਿਹਰਾ ਨਹੀਂ ਰੱਭਿਆ ਰੌਣਾ ਤਾਂ ਪਉਂਦੀ ਨੇ ਸੁਖਦੇਵ ਸਿੰਘ ਢੀਂਡਸਾ ਫਾਦ ਆ ਉਹਨਾਂ ਵਾਸਤੇ ਕੋਈ ਨਹੀਂ ਪਰਮਿੰਦਰ ਢੀਂਡਸਾ ਕੋਈ ਨਹੀਂ ਕੁਝ ਕਰ ਸਕਦਾ ਬਾਦਲ ਹੋ ਰਹਾਂ ਦਾ ਆਪਾਂ ਨੂੰ ਪਤਾ ਹੀ ਆ ਸਾਰਾ ਕੁਝ ਤੇ ਜਿਹੜਾ ਫੂਲ ਕਲਿਆ ਸੀ ਜੀਪ ਜੀ ਉਹਦਾ ਵੀ ਕੋਈ ਬਹੁਤਾ ਚਿਹਰਾ ਮੋਰਾ ਉਸ ਤਰੀਕੇ ਦਾ ਨਹੀਂ ਰਿਹਾ ਜੇ ਜਿਹੜੇ ਬ੍ਰਹਮਪੁਰ ਸਾਹਿਬ ਹੋ ਰਹੀ ਨੇ ਸੇਖਵਾਲੀ ਨੇ ਉਹ ਵੀ ਨਹੀਂ ਕੁਝ ਕਰ ਸਕਦੇ ਆਬਲਾ ਉਹ ਇਹਨਾਂ ਨਾਲ ਜਾਣਗੇ ਵੀ ਨਹੀਂ ਕਿ ਜਿਹੜਾ ਵੀ ਇਹਨਾਂ ਨਾਲ ਕੋਈ ਆਉਣ ਨੂੰ ਤਿਆਰ ਹੈ ਸਿੱਖ ਲੀਡਰ ਉਹ ਕੋਨੇ ਜਿਹੜਾ ਲਬਰੇ ਹੈ ਨਹੀਂ ਕੋਈ ਜਿਹੜਾ ਤਾਂ ਹੈ ਨਹੀਂ ਪੰਜਾਬ ਵਿੱਚ ਉਸ ਤਰੀਕੇ ਨਾਲ ਬਣਾਉਣਾ ਪਊਗਾ ਪਰ ਇਹ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਜਿਹੜੀ ਪੰਜਾਬੀਅਤ ਹੈ ਪੰਜਾਬੀਅਤ ਨਾਲੋਂ ਦਲਤ ਵੱਖਰੇ ਕਰ ਦੋ ਹੂੰ ਇਹ ਇਹ ਦੇਖ ਨਹੀਂ ਰਹੇ ਵੀ ਦਲਤਾਂ ਦੀਆਂ ਜੱਥੇਬੰਦੀਆਂ ਤਾਂ ਉੱਥੇ ਜਾ ਰਹੀਆਂ ਨੇ ਨਾਲ ਔਰ ਮੈਂ ਕਹਿੰਦਾ ਮੈਂ ਵੱਡੀ ਗੱਲ ਮੈਂ ਦੇਖੀ ਹੈ ਜੀ ਜੀ ਇੱਕ ਹੈਗਾ ਮੈਂ ਕਹਾਂ ਜੀ ਮੇਰਾ ਤੁਹਾਡੇ ਕੋਈ ਮਤ ਪੇਦ ਨਹੀਂ ਇੱਕ ਹੈ ਮੈਂ ਕਹਾਂ ਜੀ ਮਤ ਪੇ ਮੇਰਾ ਬੜਾ ਹੈ ਤੁਹਾਡੇ ਨਾਲ ਮੈਂ ਨਹੀਂ ਐਗਰੀ ਕਰਦਾ ਪਰ ਆਹ ਮੁੱਦਾ ਇਕੱਠਾ ਹੈ ਇਸੇ ਪਾ ਇਕੱਠਿਆ ਹਾਂ ਦਲਤੇ ਇਹ ਕਹਿੰਦੇ ਨੇ ਵੀ ਸਾਡੇ ਬਥੇਰੇ ਝਗੜੇ ਨੇ ਪਰ ਆਹ ਕਿਸਾਨ ਨਹੀਂ ਮਿਲਾਂਦੇ ਉੱਤੇ ਅਸੀਂ ਇਕੱਠੇ ਇਹ ਬਹੁਤ ਵੱਡੀ ਗੱਲ ਹੈ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ ਕਿੱਧਰ ਨੂੰ ਜਾ ਰਹੀ ਹੈ ਤੁਹਾਡੇ ਖਿਆਲ ਤੇ ਫੌਜੀਾਂ ਦੇ ਕੀ ਹੈ ਨਹੀਂ ਫੌਜੀ ਕਹੇ ਭਰਨਾ ਨਹੀਂ ਇਸ ਮਾਮਲੇ ਤੇ ਹੈ ਜਿਹੜੇ ਸੋ ਕਾਲਡ ਹਿੰਦੂ ਨੇ ਉਹਨਾਂ ਦੇ ਕਿਹੜਾ ਮਸਲੇ ਹੈ ਨਹੀਂ ਪਰ ਉਹ ਕਹਿੰਦੇ ਨਹੀਂ ਇਸ ਮਾਮਲੇ ਤੇ ਅਸੀਂ ਇਕੱਠਿਆਂ ਆਰਥੀਆਂ ਦੇ ਕਿਸਾਨਾਂ ਨਾਲ ਸਮਝ ਜਿਸ ਕਰਕੇ ਅੰਦੋਲਨ हां ਆਪੀਆਂ ਤੇ ਕਿਸਾਨਾਂ ਦੀ ਆਪਸ ਵਿੱਚ ਰੋਜ਼ ਲੜਾਈ ਵੀ ਰਹਿੰਦੀ ਹੈ ਕਈ ਜਗ੍ਹਾ ਤੇ ਡੰਗ ਛੋਟਾ ਵੀ ਹੋਏ ਨੇ ਆਰਤੀਆਂ ਨੇ ਕਿਹਾ ਸੀ ਨਾਲ ਆ ਜਿੱਦਿਆ ਆਰਤੀਆਂ ਨੇ ਨਾਲ ਕਹਿਤਾ મોદી ਸਾਹਿਬ ਨੇ ਮਿਸਯੂਜ਼ ਕਰਕੇ ਇਨਕਮ ਟੈਕਸ ਦੇ ਛਾਪੇ ਮਰਾਏ ਆਰਤੀ ਹੋ ਗਏ ਇਕੱਠੇ ਵਿਚੰਗਾ ਹੋਣ ਇਨਕਮ ਟੈਕਸ ਵਾਲੇ ਉਸ ਤੋਂ ਮਿਲ ਕੇ ਕਿਸਾਨਾਂ ਨਾਲ ਕਿਸਾਨਾਂ ਕੋਲ ਗੇ ਉਹਨਾਂ ਕਾ ਪਰਵਾਹ ਨਾ ਮਨੋ ਚੱਕ ਦੋ ਫੱਟੇ ਸੋ ਇਹ ਜਿਹੜੀ ਇਹ ਏਕਤਾ ਹੋਰ ਹੀ ਆ ਬਾਰ-ਬਾਰ ਜਿੱਥੇ ਜਿਹੜੇ ਬੰਦੇ ਪੂਰ ਜ਼ਫਾਤ ਖੜੇ ਸੀ ਇੱਕ ਦੂਜੇ ਨੂੰ ਦੇਖ ਕੇ ਨਹੀਂ ਰਾਜੀ ਸੀ ਡਾਂਗਾ ਚੱਲਦੀਆਂ ਸੀ ਉਹ ਅੱਜ ਭਰਾ ਇਕੱਠੇ ਹੋਏ ਨੇ ਏਦਾਂ ਹੀ ਹਰਿਆਨੇ ਦੇ ਪੰਜਾਬ ਦੇ ਨਾਲ ਇਹਨਾਂ ਨੇ ਆਸਵਾਈਐਲ ਦਾ ਰੌਲਾ ਪਾ ਕੇ ਜੋਰ ਲਾ ਲਿਆ ਉਹ ਕਿੱਥੇ ਹਵਾ ਛੱਡ ਗਿਆ ਜੋ ਹੈ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਕਿਸ ਮੁੱਦਿਆਂ ਤੇ ਇਹਨਾਂ ਨੂੰ ਜਿਹਨਾਂ ਦਾ ਰਸਤਾ ਤੇ ਇਹਨਾਂ ਨੂੰ ਪੜਗਾ ਦੇ ਪਰ ਬਹੁਤ ਹੀ ਸੂਝ-ਬੂਝ ਦੇ ਨਾਲ ਜੋ ਹੈ ਅੰਦੋਲਨ ਅੱਗੇ ਵਧ ਰਿਹਾ ਹੈ ਤੇ ਇਸੇ ਤਰੀਕੇ ਨਾਲ ਅੱਗੇ ਵਧ ਰਿਹਾ ਹੈ ਇਹ ਵੀ ਦੂਰ ਨਹੀਂ ਹੈ ਜਿੱਦ ਦਿਨੇ ਤਿੰਨੇ ਕਾਨੂੰਨ ਵਾਪਸ ਲੈ ਬਿਲਕੁਲ ਸਹੀ ਗਾਇਆ ਤੁਸੀਂ ਇਹ ਕਾਨੂੰਨ ਵਾਪਸ ਹੋਣਗੇ ਪੰਜਾਬੀਆਂ ਦਾ ਇੱਕ ਵਧੇਗਾ ਤੇ ਅਸੀਂ ਅਗਲੀ ਲੜਾਈ ਜਿਹੜੀ ਹੈ ਦੇ ਸਿਆਸੀ ਪਾਰਟੀਆਂ ਨੇ ਨਾਂ ਵੀ ਸ਼ੁਰੂ ਕਰੀ ਤਾਂ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਸੂਬੇ ਦੇ ਅਧਿਕਾਰਾਂ ਦੀ ਲੜਾਈ ਪੰਜਾਬੀ ਬੋਲੀ ਦੀ ਲੜਾਈ ਉਹ ਅਸੀਂ ਅਗਲੇ ਸਾਡਾ ਪੜਾਅ ਹੋਏਗਾ ਉਹਦੇ ਚ ਕਿਸਾਨ ਹੋਣ ਕੋਈ ਆਏ ਕਿਹੜੀਆਂ ਜੱਥੇਬੰਦੀਆਂ ਹੋਣਗਾ ਉਹ ਸਮਾਂ ਦੱਸੇਗਾ ਪਰ ਅਗਲਾ ਪੜਾਅ ਇਹ ਹੋਏਗਾ ਕਿ ਸਾਡੇ ਵੱਧ ਅਧਿਕਾਰਾਂ ਦੀ ਲੜਾਈ ਜਿਹੜੀ 78 ਚ ਇਹਨਾਂ ਨੇ ਡੀਟੇਲ ਕਰਤੀ ਸੀ ਜਿਹਦੇ ਉੱਤੇ ਸਾਨੂੰ ਸਾਰੇ ਬੱਦੂ ਕਰਿਆ ਸਾਰੇ ਦੁਨੀਆ ਦੇ ਵਿੱਚ ਅਸੀਂ ਅੱਜ ਦੁਨੀਆ ਦੇ ਵਿੱਚ ਉਹ ਆਪਣਾ ਦਾਗ ਧੋਤਾ ਹੈ ਹੁਣ ਅਸੀਂ ਅਗਲੀ ਲੜਾਈ ਵੱਲ ਵਧਾਂਗੇ ਔਰ ਹੌਸਲੇ ਨਾਲ ਵਧਾਂਗੇ ਇੱਕੇ ਨਾਲ ਵਧਾਂਗੇ ਸ਼ਾਂਤਮਈ ਤਰੀਕੇ ਨਾਲ ਵਧਾਂਗੇ ਕਿ ਅਸੀਂ ਇਹ ਕਿੱਥੋਂ ਲਿਆ ਇੱਕ ਲਾਈਨ 'ਚ ਖਤਮ ਕਰਨ ਲੱਗਿਆ ਆਪਦੀ ਗੱਲ ਮੈਨੂੰ ਪਤਾ ਲੰਬੀ ਹੋ ਰਹੀ ਐ ਵੀ ਮਹਾਤਮਾ ਗਾਂਧੀ ਨੇ ਜੋ ਕਰਿਆ ਸੀ ਉਹਨੇ ਪਿਕਟਿੰਗ ਕਰੀ ਸੀ ਉਹਨਾਂ ਦੇ ਅੱਗੇ ਜਾ ਕੇ ਜਿੱਥੇ ਵਿਦੇਸ਼ੀ ਵਸਤਾਂ ਵੇਚਦੀਆਂ ਸੀ ਅਸੀਂ ਪਿਕਟਿੰਗ ਕਰ ਰਹੇ ਹਾਂ ਅਸੀਂ ਕੁਝ ਨਹੀਂ ਕਰ ਰਹੇ ਤੇ ਇਹ ਸਾਡੇ ਬੰਦਿਆਂ ਨੂੰ ਭੜਕਾ ਕੇ ਹੋਰ ਕਰਕੇ ਇਹਨੇ ਜਿਵੇਂ ਗਰੇਵਾਲ ਨੇ ਕਰਿਆ ਜਾਂ ਤਿਕਸ਼ੂਦ ਨੇ ਕਰਿਆ ਤੁਸੀਂ ਦੱਸੋ ਇਹੋ ਜੀਆਂ ਬੋਲੀਆਂ ਜਿਹੜੀਆਂ ਉਹਨਾਂ ਨੇ ਮਾਰੀਆਂ ਇਹ ਬੋਲੀਆਂ ਮਾਰਨ ਦਾ ਕੋਈ ਸਮਾਂ ਸੀ ਬੋਢੀ ਮਾਰੇਗਾ ਤਾਂ ਫਿਰ ਅਸੀਂ ਸਾਡੇ ਜਵਾਨ ਜਿਹੜੇ ਨੇ ਉਹ ਅੱਖਾਂ ਸਿੱਧੀ ਅਸੀਂ ਉਹਨਾਂ ਨੂੰ ਸ਼ਾਂਤ ਹੋਣ ਨੂੰ ਕਹਾਂਗੇ ਪਰ ਗਰਮ ਖੂਨ ਤਾਂ ਗਰਮੀ ਹੁੰਦਾ ਨਾ ਉਹ ਕਿਵੇਂ ਆਪਣੇ ਬਾਪ ਦੀ ਪੱਗ ਛਾਲਦੀ ਚੱਲ ਲੈਣਗੇ ਸੋ ਉਹਦੇ ਉੱਤੇ 307 ਦੇ ਕੇਸ ਦਰਜ ਕਰਤੇ ਆ ਖੱਟੜ ਨੇ ਵੀ ਇੱਥੇ 307 ਦੇ ਕੇਸ ਦਰਜ ਕਰਾਇਆ ਇੱਥੇ ਮਰਿੰਦਰ ਸਿੰਘ ਨੇ ਕਰਤੇ ਜੀ ਕਿ ਉਹ ਫਿਰ ਵਾਪਸ ਲੈਣੇ ਪੈਣਾ ਕਿ ਕਿਸ ਤਰੀਕੇ ਦਾ ਪ੍ਰੈਸ਼ਰ ਹੈ ਕਿ ਕੋਈ ਮੌਕਾ ਮਿਲੇ ਕੇਸ ਪਾਓ ਤੇ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਖਤਮ ਕਰੀਏ ਖਤਮ ਕਰੀਏ ਇੱਕ ਹੋਰ ਇੱਕ ਹੋਰ ਏਮ ਹੈ ਜੀ ਤੋਂ ਸਾਨੂੰ ਸਾਰੇ ਪੰਜਾਬੀ ਨੂੰ ਚੇਤਨ ਹੋਣਾ ਚਾਹੀਦਾ ਅੱਜ ਇਹ ਟੋੜੀ ਮੋਟੀ ਤੋੜ ਤਾਂ ਕਰਵਾ ਕੇ ਧੱਕੇ ਨਾਲ ਜੀ ਇਹ ਇਹ ਜਾਣ ਬੁੱਝ ਕੇ ਆਪਣੇ ਬੀਡਾਂ ਤੋਂ ਗਲਤ ਬਿਆਨ ਦਵਾ ਕੇ ਅਸਲ 'ਚ ਇਹਨਾਂ ਦਾ ਏਮ ਇਹ ਹੈ ਵੀ ਅਸੀਂ ਪੰਜਾਬ ਦੇ ਵਿੱਚ ਗਵਰਨਰ ਰਾਜ ਲਾ ਕੇ ਆਪਜੀ ਪਾਰਟੀ ਦੀ ਖੁੱਲ ਖੇਡ ਕਰੀਏ ਬੰਦੇ ਮੁੱਲ ਲਈਏ ਬੰਦਿਆਂ ਨੂੰ ਤੰਗ ਕਰੀਏ ਇਹ ਗਵਰਨਰ ਰੂਲ ਕਰਕੇ ਇਥੇ ਚੋਣਾ ਜਿੱਤਣਾ ਚਾਹੁੰਦੇ ਨੇ ਇਹ ਇਹਨਾਂ ਦੇ ਨਪਾਕ ਇਰਾਦੇ ਪੰਜਾਬ ਕਾਮਯਾਬ ਨਹੀਂ ਹੋਦਾ ਜੀ ਬਿਲਕੁਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹਨੇ ਵਧੀਆ ਤਰੀਕੇ ਨਾਲ ਪੂਰੇ ਇਸ ਜੋ ਹੁਣ ਚੱਲ ਰਿਹਾ ਉਸ ਸਮੇਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਬਿਲਕੁਲ ਇਹ ਗੱਲ ਸਹੀ ਹੈ ਕਿ ਅਗਰ ਅਸੀਂ ਸ਼ਾਂਤਮਈ ਢੰਗ ਦੇ ਨਾਲ ਇਹ ਅੰਦੋਲਨ ਅੱਗੇ ਵੱਧਦਾ ਰਹੇਗਾ ਤੇ ਇਹ ਕਾਲੇ ਕਾਨੂੰਨ ਜ਼ਰੂਰ ਵਾਪਸ ਲੈਣੇ ਹੀ ਪੈਣਗੇ ਕਿਉਂਕਿ ਕਿੰਨੇ ਮੌਕੇ ਲੱਭ ਲਵੇ ਕੇਂਦਰ ਸਰਕਾਰ ਜਦ ਮੌਕਾ ਹੀ ਕੋਈ ਨਹੀਂ ਮਿਲੇਗਾ ਜਿੱਥੇ ਕੋਈ ਕੇਸ ਪਾਇਆ ਜਾਏ ਜਾਂ ਫਿਰ ਇਸ ਅੰਦੋਲਨ ਵਿੱਚ ਬੈਠੇ ਸਾਰੇ ਲੋਕਾਂ ਨੂੰ ਉੱਥੋਂ ਚੱਕਿਆ ਜਾ ਸਕੇ ਤਾਂ ਸ਼ਾਂਤ ਮਿੰਟਾਂ ਨਾਲ ਵਾਅਦੇ-ਵਾਅਦੇ ਹੀ ਇੱਕ ਨਵੀਂ ਉਦਾਹਰਨ ਜੋ ਹੈ ਦੁਨੀਆ ਦੇ ਲਈ ਇਹ ਪੇਸ਼ ਕਰੇਗਾ ਪੰਜਾਬ ਤੇ ਅੱਗੋਂ ਵੀ ਕਿਤੇ ਨਾ ਕਿਤੇ ਨਵੀਂ ਸਵੇਰ ਵੱਲ ਵਧ ਰਿਹਾ ਪੰਜਾਬ ਹੈ ਉਸੇ ਦੀ ਇੱਕ ਉਦਾਹਰਨ ਸਾਡੇ ਲਈ ਸਾਰਿਆਂ ਲਈ ਬਣਦੀ ਪਈ ਹੈ ਤੇ ਤੁਸੀਂ ਬਣੇ ਰਹੋ ਜੀ ਨਿਰਪੱਖ ਪੋਸ ਦੇ ਨਾਲ ਹਰ ਖਬਰ ਦੀ ਨਿਰਪੱਖ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਨਾਗੇ ਜੀ ਧੰਨਵਾਦ ਪੰਜਾਬ ਅਤੇ ਪੰਜਾਬੀਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakkhpost.com